ਅੱਜ ਕੁਲਦੀਪ ਸਿੰਘ ਧਾਲੀਵਾਲ ਨੇ ਕੀਤਾ ਦਸੂਹੇ ਵਿੱਚ ਆਮ ਆਦਮੀ ਪਾਰਟੀ ਦੇ ਦਫ਼ਤਰ ਦਾ ਉਦਘਾਟਨ ਅਤੇ ਜਿਹੜੀ ਹੈ 48 ਘੰਟੇ ਦੇ ਵਿੱਚ ਕਿਸਾਨਾਂ ਨੂੰ ਹੋ ਜੂਗੀ ਅਤੇ ਰੇਟ ਵੀ ਸਹੀ ਲੱਗਦਾ, ਝੋਨੇ ਦਾ ਰੇਟ ਵੀ ਹਲਕਾ ਵਧੀਆ। ਪਰਮਾਤਮਾ ਕਿਰਪਾ ਕਰੇ, ਮੌਸਮ ਠੀਕ ਰਹੇ ਇੱਕ ਮਹੀਨਾ, ਅਤੇ ਸਾਡੇ ਕਿਸਾਨਾਂ ਨੇ ਬਹੁਤ ਮਿਹਨਤ ਦੇ ਨਾਲ ਇਹ ਫਸਲਾਂ ਪਾ ਲਈਆਂ, ਉਹਨਾਂ ਦੀਆਂ ਫਸਲਾਂ ਮੰਡੀ ਦੇ ਵਿੱਚ ਵਿਕ ਜਾਣ ਅਤੇ ਉਹਨਾਂ ਦੇ ਘਰ ਜਿਹੜਾ ਉਹ ਮਾਲਾ ਮਾਲ, ਉਹਨਾਂ ਦੇ ਕਿਸੇ ਨੇ ਵਿਆਹ ਰੱਖਿਆ, ਕਿਸੇ ਨੇ ਕੁਛ, ਕਿਸੇ ਨੇ ਕੁਛ, ਕਿਸਾਨਾਂ ਨੇ ਕਿਸੇ ਨੇ ਬੈਂਕ ਦੇ ਪੈਸੇ ਦੇਣੇ ਆ, ਕਿਸੇ ਨੇ ਕੁਛ ਕਰਨਾ, ਸਾਰੇ ਆਪੋ ਆਪਣੀ ਥਾਂ 'ਤੇ ਠੀਕ ਰਹਿਣ। ਸੋ ਮੈਂ ਬੜਾ ਖੁਸ਼ ਹਾਂ ਕਿ ਮੰਡੀਆਂ ਦੇ ਪ੍ਰਬੰਧ ਜਿਹੜੇ ਬਿਲਕੁਲ ਦੁਰਸਤ। ਸਰ, ਪਿੰਡਾਂ ਦੇ ਵਿਕਾਸ ਕਾਰਿਆਂ ਦੀ ਗੱਲ ਕਰੀਏ, ਸਾਰੇ ਪੰਚਾਇਤੀ ਕੰਮ ਖੜ੍ਹੇ ਨੇ, ਵਜ੍ਹਾ ਇਹ ਕਿ ਰੇਤਾ ਬਜਰੀਆ ਮਟੀਰੀਅਲ ਮਹਿੰਗਾ ਹੋਣ ਕਰਕੇ, ਕਿਉਂਕਿ ਪੰਚਾਇਤ ਸਰਪੰਚਾਂ ਦਾ ਕਹਿਣਾ ਹੈ ਕਿ ਸਾਨੂੰ ਸਰਕਾਰ ਜਿਹੜੀ ਹੈ 28 ਰੁਪਏ ਪ੍ਰਤੀ ਫੁੱਟ ਦੇ ਹਿਸਾਬ ਨਾਲ ਪੈਸੇ ਦਿੰਦੀ, ਪਰ ਜਿਹੜਾ ਹੁਣ ਅਸੀਂ ਕੰਮ ਕਰਵਾ ਰਹੇ ਉਹ ਸਾਨੂੰ 60 ਰੁਪਏ ਪ੍ਰਤੀ ਫੁੱਟ ਪੈ ਰਿਹਾ ਸਿਰਫ ਮਟੀਰੀਅਲ ਮਹਿੰਗਾ ਹੋਣ ਕਰਕੇ। ਨਹੀਂ, ਸਿਰਫ ਸਾਨੂੰ ਰੇਤ ਦੀ ਪ੍ਰੋਬਲਮ, ਪਹਿਲੀ ਤਰੀਕ ਤੋਂ ਰੇਤ ਜਿਹੜੀ ਹੈ ਲੀਗਲ ਮਾਈਨਿੰਗ ਪੰਜਾਬ ਦੇ ਵਿੱਚ 1 ਅਕਤੂਬਰ ਤੋਂ ਜਿਹੜਾ ਅੱਜ ਪਹਿਲੀ ਹੈ ਮਤਲਬ ਸ਼ੁਰੂ ਹੋ ਗਈ ਹੈ, ਸਾਡਾ ਸਾਰਾ ਪ੍ਰਬੰਧ ਹੋ ਗਿਆ। ਅਸੀਂ ਜਿਹੜੀ ਆਪਣੀ ਮਤਲਬ ਜਿਹੜੀ ਰੇਤ ਹੈ ਜਦੋਂ ਉਹ ਪ੍ਰੋਪਰ ਚੈਨਲ ਜਾਣ ਲੱਗ ਗਈ, ਮਿਲਣ ਲੱਗ ਗਈ, ਅਤੇ ਸਾਰੀ ਚੀਜ਼ ਜਿਹੜੀ ਠੀਕ ਹੋ ਜੂਗੀ, ਕਿਉਂਕਿ ਰੇਤ ਮਹਿੰਗੀ ਸੀ ਇਹਦੇ ਕਰਕੇ ਸਾਰਾ ਕੁਝ ਗੜਬੜ ਹੋ ਗਿਆ। ਸੋ ਉਹ ਪਹਿਲਾਂ ਹੁਣ ਠੀਕ ਹੋ ਜੂਗਾ, ਮਹੀਨੇ ਦੇ ਵਿੱਚ ਸਾਰਾ ਕੰਮ ਠੀਕ ਹੋ ਜੂਗਾ। ਮੈਂ ਕਿਹਾ ਸਭ ਕੁਝ ਚੱਲ ਪਿਆ ਜੀ, ਚੱਲ ਪਿਆ ਸਾਰਾ ਕੁਝ, ਤੁਸੀਂ ਘਬਰਾਓ, ਹਰ ਚੀਜ਼ ਚੱਲ ਪਈ, ਹਰ ਚੀਜ਼ ਕਿਸਾਨਾਂ ਨੂੰ, ਹਰ ਚੀਜ਼ ਪੰਜਾਬੀਆਂ ਨੂੰ, ਜਿਹੜਾ ਘਰ ਬਣਾਉਣ ਲਈ, ਗਲੀਆਂ ਬਣਾਉਣ ਲਈ, ਸੜਕਾਂ ਬਣਾਉਣ ਲਈ ਜਿਹੜਾ ਮਟੀਰੀਅਲ ਚਾਹੀਦਾ, ਸਾਰਾ ਆਪਣੇ ਸਹੀ ਰੇਟ 'ਤੇ ਆ ਜੂਗਾ, ਕੋਈ ਗੱਲ ਨਹੀਂ, ਘਬਰਾਉਣ ਦੀ। ਅਸੀਂ ਸਾਰੇ ਪੰਜਾਬ ਦੇ ਵਿੱਚ ਆਪਣੇ MLA ਸਾਹਿਬਾਨਾਂ ਨੂੰ, ਹਲਕਾ ਇੰਚਾਰਜਾਂ ਨੂੰ, ਹਲਕੇ 'ਚ ਕੰਮ ਕਰਨ ਵਾਲਿਆਂ ਨੂੰ ਪਾਰਟੀ ਦੇ ਕਿਹਾ ਕਿ ਆਪਾਂ ਆਪਣੇ ਦਫ਼ਤਰ ਖੋਲ੍ਹਣੇ ਔਰ ਲੋਕਾਂ ਦੀਆਂ ਸਮੱਸਿਆਵਾਂ ਸੁਣਨੀਆਂ ਦਫ਼ਤਰ 'ਚ ਬਹਿ ਕੇ। ਉਹਦੇ ਤਹਿਤ ਹੀ ਘੁੰਮਣ ਸਾਹਿਬ ਨੇ ਅੱਜ ਇੱਥੇ ਦਫ਼ਤਰ ਖੋਲ੍ਹਿਆ। ਇੱਥੇ ਦਸੂਹੇ ਦੇ ਲੋਕਾਂ ਦੀਆਂ ਰੋਜ਼ ਜਿਹੜੀਆਂ ਸਮੱਸਿਆਵਾਂ ਸੁਣਨਗੇ, ਹੱਲ ਕਰਨਗੇ, ਵੈਸੇ ਅੱਗੇ ਵੀ ਸੁਣਦੇ ਆ, ਪਰ ਦਫ਼ਤਰ ਸ਼ਹਿਰ ਦੇ ਵਿੱਚ GD ਰੋਡ ਦੇ ਉੱਤੇ ਲੋਕਾਂ ਦੀ ਸਹੂਲਤ ਵਾਸਤੇ ਖੋਲ੍ਹਿਆ ਕਿ ਮਾਨ ਦੀ ਸਰਕਾਰ ਦੇ ਨਾਲ ਜਿਹਨੂੰ ਵੀ ਕੋਈ ਕੰਮ ਹੈ ਉਹ ਉਸ ਵੇਲੇ ਸਾਡੇ MLA ਸਾਹਿਬ ਕੋ ਆਵੇ, ਆਪਣਾ ਕੰਮ ਪਹਿਲ ਦੇ ਆਧਾਰ 'ਤੇ ਕਰਾਵੇ। ਇਸ